ਸਰਕਾਰ ਮੁਰਦਾਬਾਦ। A1 ਪੰਜਾਬੀ ਟੀ ਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡਾ ਦੋਸਤ ਹਰਪ੍ਰੀਤ ਸੋਢੀ ਅਤੇ ਲੈ ਕੇ ਹਾਜ਼ਰ ਹਾਂ ਖਰੀਆਂ ਖਰੀਆਂ। ਦੋਸਤੋ, ਖਰੀਆਂ ਖਰੀਆਂ ਵਿੱਚ ਅੱਜ ਗੱਲ ਕਰਦੇ ਹਾਂ UP ਪੁਲਿਸ ਦੀ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸਾਡੇ ਦੇਸ਼ ਦੀ ਪੁਲਿਸ ਹੈ, ਚਾਹੇ ਉਹ ਪੰਜਾਬ ਦੀ ਹੈ, ਹਰਿਆਣਾ ਦੀ ਹੈ, UP ਦੀ ਹੈ ਜਾਂ ਰਾਜਸਥਾਨ ਦੀ ਹੈ, ਹਮੇਸ਼ਾ ਹੀ ਕਿਸੇ ਨਾ ਕਿਸੇ ਗੱਲ ਕਰਕੇ ਸੁਰਖੀਆਂ ਵਿੱਚ ਰਹਿੰਦੀ ਹੈ। ਅਤੇ ਅਜਿਹਾ ਇੱਕ ਹੁਣ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਕਿ UP ਪੁਲਿਸ ਸ਼ਰੇਆਮ ਹੀ ਲੋਕਾਂ ਤੋਂ ਭੀਖ ਮੰਗਦੀ ਦਿਖ ਰਹੀ ਹੈ। ਇੱਥੋਂ ਤੱਕ ਕਿ ਭਿਖਾਰੀਆਂ ਤੋਂ ਵੀ UP ਦੀ ਪੁਲਿਸ ਦੇ ਨੌਜਵਾਨ ਜਿਹੜੇ ਨੇ ਉਹ ਭੀਖ ਮੰਗ ਰਹੇ ਨੇ, ਜਿਸ ਦੇ ਵਿੱਚ ਕਿ ਮਹਿਲਾ ਕਰਮਚਾਰੀ ਵੀ ਸ਼ਾਮਲ ਨੇ। ਤੁਹਾਨੂੰ ਦੱਸ ਦਈਏ ਕਿ ਜਿਹੜਾ ਵੀਡੀਓ ਵਾਇਰਲ ਹੋ ਰਿਹਾ ਇਸ ਦੇ ਵਿੱਚ ਜਿਹੜੇ ਕਰਮਚਾਰੀ ਨੇ ਉਹ ਦੁਕਾਨਦਾਰਾਂ ਤੋਂ ਬਾਜ਼ਾਰਾਂ ਦੇ ਵਿੱਚ ਭੀਖ ਮੰਗ ਰਹੇ ਨੇ। ਇੱਥੇ ਦੱਸਣਾ ਇੱਥੇ ਬਹੁਤ ਜ਼ਰੂਰੀ ਹੈ ਕਿ ਕੁਛ ਸਮਾਂ ਪਹਿਲਾਂ ਹੀ UP ਸਰਕਾਰ ਦੇ ਵੱਲੋਂ 25,000 ਹੋਮਗਾਰਡਸ ਨੂੰ ਨੌਕਰੀ ਤੋਂ ਮੁਤਲ ਕਰ ਦਿੱਤਾ ਗਿਆ ਸੀ, ਖਾਰਜ ਕਰ ਦਿੱਤਾ ਗਿਆ ਸੀ, ਜਿਸ ਦੇ ਚੱਲਦਿਆਂ ਹੁਣ UP ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੇ ਇੱਕ ਵੱਡਾ ਕਦਮ ਚੱਕਿਆ। ਦੇਖੋ ਪਹਿਲਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦਾ ਇਹ ਵੀਡੀਓ। ਸੋ ਦੋਸਤੋ, ਜਿਵੇਂ ਕਿ ਤੁਸੀਂ ਵੀਡੀਓ 'ਤੇ ਵੀ ਦੇਖਿਆ ਹੀ ਹੈ ਕਿ ਜਿਹੜੇ UP ਦੇ ਪੁਲਿਸ ਮੁਲਾਜ਼ਮ ਨੇ ਉਹ ਸ਼ਰੇਆਮ ਭੀਖ ਮੰਗ ਰਹੇ ਆ, ਅਤੇ ਯੋਗੀ ਸਰਕਾਰ ਦੇ ਨਾਅਰੇਬਾਜ਼ੀ ਵੀ ਕੀਤੀ ਜਾ ਰਹੀ ਹੈ ਉਹਨਾਂ ਦੇ ਖਿਲਾਫ਼। ਇੱਥੇ ਦੇਖਣ ਵਾਲੀ ਗੱਲ ਇਹ ਹੈ ਕਿ ਜਿਹੜੀ BJP ਸਰਕਾਰ, ਯੋਗੀ ਸਰਕਾਰ ਆਪਣੀ ਤਾਰੀਫਾਂ ਦੇ ਫੁੱਲ ਬੰਦੀ ਨਜ਼ਰ ਆਉਂਦੀ ਹੈ ਲੋਕਾਂ ਸਾਹਮਣੇ, ਉੱਥੇ ਜਿਹੜੇ ਕਰਮਚਾਰੀਆਂ ਸਰਕਾਰੀ ਉਹਨਾਂ ਦਾ ਇੰਨਾ ਮਾੜਾ ਹਾਲ ਹੋਇਆ ਪਿਆ ਕਿ ਉਹ ਭੀਖ ਮੰਗਣ ਤੱਕ ਮਜਬੂਰ ਹੋਏ ਪਏ ਨੇ। ਤੁਹਾਨੂੰ ਸਾਡਾ ਪ੍ਰੋਗਰਾਮ ਕਿਸ ਤਰ੍ਹਾਂ ਲੱਗਿਆ ਪਲੀਜ਼ ਲਾਈਕ ਅਤੇ ਕਮੈਂਟ ਜ਼ਰੂਰ ਕਰਨਾ। ਇਸੀ ਹੁਣ ਤੱਕ ਦੀ ਅਪਡੇਟ, ਨਵੀਆਂ ਅਤੇ ਤਾਜ਼ਾ ਅਪਡੇਟ ਲਈ ਜੁੜੇ ਰਹੋ A1 ਪੰਜਾਬੀ TV ਦੇ ਨਾਲ, ਅਤੇ ਮੈਨੂੰ ਦਿਓ ਇਜਾਜ਼ਤ। ਧੰਨਵਾਦ।